ਤੁਸੀਂ ਸਾਰੇ ਵੈਲ ਐਜੂਕੇਟਡ ਜੇ ਤੇ ਚੰਗੀਆਂ ਡਿਗਰੀਆਂ ਕਰਕੇ ਤੁਸੀਂ ਜਿਹੜੀਆਂ ਕੁਰਸੀਆਂ ਤੇ ਬੈਠੇ ਹੋ, ਪਰ ਦੂਜੇ ਪਾਸੇ ਇੱਕ ਅਨਪੜ੍ਹ ਜਿਹੜੇ ਅੱਠਵੀਂ ਫੇਲ ਪੰਜਵੀਂ ਫੇਲ ਜਿਨ੍ਹਾਂ ਨੂੰ ਆਪਦੇ ਜਿਹੜੇ ਸਿਗਨੇਚਰ ਤੱਕ ਕਰਨੇ ਨਹੀਂ ਆਉਂਦੇ, ਉਹ ਸਾਡੀਆਂ ਜਿਹੜੀਆਂ ਵੱਡੀਆਂ ਕੁਰਸੀਆਂ ਐਮ ਪੀ ਐਮ ਐਲ ਏ ਦੀਆਂ ਕੁਰਸੀਆਂ ਤੇ ਮਿਨਿਸਟਰੀ ਦੀਆਂ ਕੁਰਸੀਆਂ ਤੇ ਬੈਠੇ ਨੇ। ਸਾਨੂੰ ਤੇ ਲੱਖਾਂ ਰੁਪਈਏ ਜਿਹੜੀਆਂ ਡਿਗਰੀਆਂ ਤੇ ਸਾਡਾ ਖਰਚਾ ਕਰਕੇ ਚੰਗੇ ਯੂਨੀਵਰਸਿਟੀਆਂ ਦੇ ਵਿੱਚ ਚੰਗੇ ਕਾਲਜਾਂ ਦੇ ਵਿੱਚ ਸਾਨੂੰ ਪੜ੍ਹਾਉਂਦੇ ਨੇ, ਕਿਸ ਵਾਸਤੇ ਪੜ੍ਹਾਉਂਦੇ ਨੇ ਕਿ ਸਾਡੇ ਬੱਚੇ ਜਿਹੜੇ ਪੜ੍ਹ ਲਿਖ ਕੇ ਕਾਬਲ ਬਣ ਕੇ ਕਿਸੇ ਚੰਗੇ ਸਰਕਾਰੀ ਅਦਾਰੇ ਦੇ ਵਿੱਚ ਨੌਕਰੀ ਲੱਗਣਗੇ। ਪਰ ਨੌਕਰੀ ਲੱਗਦੇ ਆ, ਨੌਕਰੀ ਕਿੰਨੀ ਮਿਲਦੀ ਹੈ ਸਾਨੂੰ ਸਟਾਰਟਿੰਗ ਦੇ ਵਿੱਚੋਂ? 5,065,000, ਹੱਦ ਜਿਹੜਾ 9,500 ਰੁਪਈਆ। ਸੋ ਜਿਹੜਾ ਲੱਖਾਂ ਰੁਪਈਏ ਅਸੀਂ ਡਿਗਰੀਆਂ ਤੇ ਖਰਚਾ ਕੀਤਾ, ਉਹਦੀ ਜਿਹੜੀ ਹੈ ਇੱਕ ਜਿਹੜੀ ਸਾਲ ਦੀ ਜਾਂ ਮਹੀਨੇ ਦੀ ਵਿਆਜ ਵੀ ਜਿਹੜੀ ਉਹ ਵਾਪਸ ਨਹੀਂ ਆਉਂਦੀ। ਸੋ ਸਾਥੀਓ, ਮੈਂ ਕਹਾਂਗਾ ਉਹਦੇ ਲਈ ਜਿਹੜਾ ਸਾਨੂੰ ਜਿਹੜਾ ਰਲ ਮਿਲ ਕੇ ਲੜਾਈ ਜਿਹੜੀ ਉਹ ਲੜਨੀ ਪੈਣੀ ਹੈ, ਕਿਉਂਕਿ ਅੱਜ ਲੜੇ ਤੋਂ ਬਿਨਾਂ ਕੋਈ ਜਿਹੜਾ ਹੱਲ ਨਹੀਂ ਹੈ। ਅੱਜ ਜਿੱਥੇ ਕਿਸਾਨ ਅੰਦੋਲਨ ਇੱਕ ਸਾਲ ਤੋਂ ਲਗਾਤਾਰ ਜਿਹੜੇ ਸਾਡੇ ਕਿਸਾਨ ਸਾਥੀ ਦਿੱਲੀ ਦੀਆਂ ਬਰੂਆਂ ਤੇ ਬੈਠੇ ਨੇ, ਸਾਲ ਦਾ ਇੰਨਾ ਅੜੀਅਲ ਜਿਹੜਾ ਰਵੱਈਆ, ਬਿਲਕੁਲ ਜਿਹੜੀ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਕਹਿੰਦਾ ਇੱਕ ਫੋਨ ਕਾਲ ਦੀ ਦੂਰੀ ਹੈ। ਸੋ ਪੂਰਾ ਇੱਕ ਸਾਲ ਹੋ ਗਿਆ ਅਸੀਂ ਉਹਨਾਂ ਦੀ ਜਿਹੜੀ ਫੋਨ ਕਾਲ ਉਹਦੀ ਜਿਹੜੀ ਅਸੀਂ ਵੇਟ ਕਰ ਰਹੇ ਹਾਂ, ਪਰ ਅਜੇ ਤੱਕ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਸਾਨੂੰ ਹੈ ਉਹ ਫੋਨ ਨਹੀਂ ਆਇਆ। ਸੋ ਸਾਥੀਓ, ਅੱਜ ਜੇ ਗੱਲ ਕਰੀਏ ਸਾਡੇ ਜਿਹੜੇ ਮੁਲਾਜ਼ਮ ਹੈ, ਮੁਲਾਜ਼ਮਾਂ ਨੂੰ 3-3 ਸਾਲ ਤੱਕ, 4-4 ਸਾਲ, 5-5 ਸਾਲ ਤੱਕ ਜਿਹੜਾ ਕੱਚੇ ਮੁਲਾਜ਼ਮ ਦੇ ਤੌਰ 'ਤੇ ਰੱਖਿਆ ਜਾਂਦਾ ਹੈ। ਸੋ ਜਿਹਦੇ ਨਾਲ ਉਹਨਾਂ ਦਾ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਕਰਨਾ ਵੀ ਬੜਾ ਮੁਸ਼ਕਲ ਹੋ ਜਾਂਦਾ। ਕਈ ਸਾਥੀ ਜਿਹੜਾ ਦੂਰ ਤੋਂ ਆਉਂਦੇ ਨੇ, ਦੂਜੇ ਜ਼ਿਲ੍ਹਿਆਂ 'ਚੋਂ ਆਉਂਦੇ ਨੇ, ਉਹਨਾਂ ਦਾ ਤਾਂ ਜਿਹੜਾ ਕਿਰਾਇਆ ਵੀ ਨਹੀਂ ਪੂਰਾ ਹੁੰਦਾ ਇੰਨੀ ਤਨਖਾਹ ਦੇ ਨਾਲ। ਸੋ ਅੱਜ ਜਿਹੜੀ ਹੈ ਲੜਾਈ ਹੈ, ਇੱਕ ਸਾਰਿਆਂ ਦੀ ਇੱਕ ਸਾਂਝੀ ਲੜਾਈ ਹੈ, ਭਾਵੇਂ ਉਹ ਕਿਸਾਨ ਮਜ਼ਦੂਰ ਭਾਵੇਂ ਸਾਡੇ ਮੁਲਾਜ਼ਮ ਭਾਈਚਾਰੇ ਹੋਣ, ਅੱਜ ਹਰ ਇੱਕ ਜਿਹੜਾ ਵਰਗ ਦੇ ਨਾਲ ਇਹ ਸਰਕਾਰਾਂ ਜਿਹੜੀਆਂ ਧੱਕਾ ਕਰ ਰਹੀਆਂ ਨੇ। ਸੋ ਧੱਕਾ ਜਿਹੜਾ ਇਹ ਧੱਕਾ ਇੱਥੇ ਨਹੀਂ ਰੁਕਣਾ, ਆਉਣ ਵਾਲੇ ਸਮੇਂ 'ਤੇ ਜਿਹੜਾ ਹੋਰ ਜਿਹੜਾ ਉਹ ਧੱਕਾ ਹੋਣਾ ਸ਼ੁਰੂ ਹੋ ਜਾਂਦਾ। ਸੋ ਗੱਲ ਕਰੀਏ, ਜਦੋਂ ਕੋਈ ਇੱਕ ਅਧਿਆਪਕ ਦੀ ਆਪਾਂ ਗੱਲ ਕਰਦੇ ਹਾਂ, ਅਧਿਆਪਕ ਦੇ ਲਈ ਇੱਕ ਕ੍ਰਾਈਟੀਰੀਆ ਜਿਹੜਾ ਉਹ ਤੈਅ ਕਰ ਦਿੱਤਾ ਜਾਂਦਾ ਹੈ।